ਤੇ ਕੱਲ ਇੱਥੇ ਘਟਨਾ ਵਾਪਰੀ ਹੈ ਜਿਹਦਾ ਮੈਂ ਜ਼ਿਕਰ ਹੁਣ ਕਰ ਦਿੰਦਾ ਵੀ ਦੋ ਨੌਜਵਾਨ ਇੱਥੋਂ ਨਸ਼ਾ ਲੈਣ ਗਏ ਉਹ ਇਸ ਇਲਾਕੇ ਦੇ ਨਹੀਂ ਸੀ ਉਹਨਾਂ ਦਾ ਇਸ ਇਲਾਕੇ ਨਾਲ ਕੋਈ ਵਾਹ ਵਾਸਤਾ ਨਹੀਂ ਕੋਈ ਇੱਥੇ ਜਾਣ ਪਛਾਣ ਨਹੀਂ ਉਹਨਾਂ ਗੋਂਦਵਾਲ ਸਾਹਿਬ ਜਾ ਕੇ ਇੱਦਾਂ ਹੀ ਸਰਸਰੀ ਕਿਸੇ ਨੂੰ ਪੁੱਛ ਲਿਆ ਵੀ ਅਸੀਂ ਚਿੱਟਾ ਚਾਹੀਦਾ ਸੀ ਉੱਥੇ ਰਿਸ਼ਕੇ ਵਾਲਾ ਕਹਿੰਦਾ ਵੀ ਲਿਆਓ ਜੀ ਦਵਾ ਦਿੰਦੇ ਹਾਂ ਉਹ ਰਿਕਸ਼ੇ ਵਾਲਾ ਨੂੰ ਲੈ ਕੇ ਗਿਆ ਤੇ ਪੰਜਾਂ ਮਿੰਟਾਂ ਦੇ ਵਿੱਚ ਵਿੱਚ ਇਹਨਾਂ ਨੂੰ ਚਿੱਟਾ ਮਿਲ ਗਿਆ ਤੇ ਮਿਲਿਆ ਵੀ ਕਿੱਥੋਂ ਬਿਲਕੁਲ ਬੌਲੀ ਸਾਹਿਬ ਦੇ ਗੁਰਦੁਆਰੇ ਦੇ ਸਾਹਮਣੇ ਜਿੱਥੇ ਸਤਿਗੁਰਾਂ ਨੇ ਕੋਹੜਿਆਂ ਦੇ ਕੋਹੜ ਦੂਰ ਕੀਤੇ ਉੱਥੇ ਹਾਲਾਤ ਇਹ ਆ ਕਿ ਪੂਰੇ ਦਾ ਪੂਰਾ ਮਹੱਲਾ ਹੈ ਜਿਹੜਾ ਇਸ ਕੰਮ ਤੇ ਲੱਗਾ ਨਸ਼ੇ ਦੀ ਇੰਨੀ ਭਰਮਾਰ ਹੈ ਮੈਂ ਰਾਤ ਹੈਰਾਨ ਹੋ ਗਿਆ ਵੀ ਜੇ ਰਾਤ ਨੂੰ ਕਿਸੇ ਬੰਦੇ ਨੂੰ ਕੋਈ ਸਬਜ਼ੀ ਕੋ ਆਲੂ ਕੋ ਗੋਭੀ ਲੈਣ ਭੇਜੀਏ ਉਹਨੂੰ ਹੋ ਸਕਦਾ ਬਾਜ਼ਾਰ 'ਚ ਜ਼ਿਆਦਾ ਭਟਕਣਾ ਪਵੇ ਉਹਨੂੰ ਚਾਰ ਪੰਜ ਦੁਕਾਨਾਂ ਖੋਲਣੀਆਂ ਪੈ ਜਾਣ ਜਿੱਥੋਂ ਇਹ ਸਮਾਨ ਮਿਲੇ ਕਿ ਨਾ ਮਿਲੇ ਕੋਈ ਫਲ ਫਰੂਟ ਲੈਣ ਭੇਜਦੀ ਹੈ ਫਿਰ ਉਹ ਨਾ ਮਿਲੇ ਕੋਈ ਕਿਤਾਬ ਕਾਪੀ ਲੈਣ ਭੇਜਦੀ ਹੈ ਕੋਈ ਪੈਨ ਪੈਨਸਲ ਲੈਣ ਭੇਜਦੀ ਹੈ ਉਹ ਵੀ ਨਾ ਮਿਲੇ ਔਰ ਚਿੱਟਾ ਗੁਰੂ ਘਰ ਦੇ ਸਾਹਮਣੇ ਕਿਸੇ ਨੂੰ ਇੱਕ ਵਾਰੀ ਪੁੱਛਿਆ ਵੀ ਚਿੱਟਾ ਚਾਹੀਦਾ ਹੈ ਜੀ ਤੇ ਉਹ ਕਹਿੰਦੇ ਵੀ ਆ ਜਾਓ ਲੈ ਚੱਲਦੇ ਹਾਂ ਲੈ ਕੇ ਗਏ ਚਿੱਟਾ ਦਵਾਇਆ ਉਹਨਾਂ ਦੀ ਤਾਂ ਸਰਵਿਸ ਹੋਈ ਹੈ ਰਾਤ ਪਰ ਸਵਾਲ ਇਹ ਹੈ ਵੀ ਵੱਡੇ ਜਿਹੜੇ ਮਗਰਮਾਸੇ ਜਿਹੜੇ ਸਰਕਾਰਾਂ ਦੀ ਸ਼ਹਿ ਤੇ ਪਲਦੇ ਨੇ ਜਿਹਨਾਂ ਨੂੰ ਸਰਕਾਰਾਂ ਨੇ ਫੜ ਫੜ ਕੇ ਬਾਹਰ ਛੱਡਿਆ ਹੋਇਆ ਉਹਨਾਂ ਦਾ ਇਲਾਜ ਕੌਣ ਕਰੂਗਾ ਇਹ ਸਰਕਾਰ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਖਾਸ ਕਰਕੇ ਹਦਾਇਤ ਹੈ ਵੀ ਭਾਈ ਤੁਸੀਂ ਬਾਅਦ ਚ ਚੀਕ ਚਹਾੜਾ ਪਾਉਣਾ ਹੈ ਵੀ ਏਦਾਂ ਨੀ ਹੋਣਾ ਚਾਹੀਦਾ ਜੀ ਏਦਾਂ ਕਾਨੂੰਨ ਭੰਗ ਹੋ ਜਾਂਦਾ ਤੇ ਅਸੀਂ ਹੁਣ ਹੋਰ ਆਪਣੇ ਨੌਜਵਾਨ ਚਿੱਟੇ ਤੇ ਮਰ ਨਹੀਂ ਦੇਣਾ ਜਿਹੜੇ ਨੌਜਵਾਨ ਨਸ਼ੇ ਦੇ ਟੀਕੇ ਲਾ ਕੇ ਰੋਜ਼ ਮਰਦੇ ਨੇ ਅਸੀਂ ਉਹ ਮਰ ਨਹੀਂ ਦੇਣੇ ਕਿਉਂਕਿ ਜੇ ਅਸੀਂ ਨੌਜਵਾਨ ਏਦਾਂ ਹੀ ਮਰਾ ਲੈਣੇ ਆ ਤੇ ਫਿਰ ਸਾਡੇ ਕੋਲ ਦੂਜਾ ਰਾਹ ਵੀ ਅਸੀਂ ਜੰਗ ਯੁੱਧ ਲੜ ਕੇ ਮਰ ਜਾਈਏ ਜੇ ਮੌਤ ਹੀ ਆ ਦੋਨੇ ਪਾਸੇ ਤੇ ਫਿਰ ਐਸੀ ਬਗੈਰਤੀ ਦੀ ਮੌਤ ਸਾਡੇ ਨੌਜਵਾਨ ਕਾਹਤੋਂ ਜੁੜਨ ਤੇ ਜਿਹੜੇ ਨੌਜਵਾਨ ਨਸ਼ੇ ਤੇ ਲੱਗੇ ਉਹਨਾਂ ਨੂੰ ਮੈਂ ਬਾਰ ਬਾਰ ਕਹਿੰਦਾ ਵੀ ਆਪਾਂ ਮਰਨਾ ਤੇ ਹੈਗਾ ਹੀ ਹੈ ਜਿਹੜੇ ਰਾਹ ਤੇ ਅਸੀਂ ਤੁਰ ਪਏ ਹਾਂ ਨਾੜ 'ਚ ਟੀਕਾ ਲਾ ਲੈਣਾ ਪਤਾ ਨਹੀਂ ਵੀ ਉਸ ਤੋਂ ਬਾਅਦ ਉੱਠਣਾ ਕਿ ਨਹੀਂ ਉੱਠਣਾ ਪਤਾ ਨਹੀਂ ਵੀ ਕਿਹੜੀ ਰੂੜੀ ਦੇ ਉੱਤੇ ਕਿਹੜੀ ਸੁੱਖੇ ਦੀ ਬੂਟੀ ਦੇ ਵਿੱਚ ਪਏ ਮਰ ਜਾਣਾ ਤੇ ਜੇ ਐਸੀ ਮੌਤ ਚੁਣਨੀ ਹੈ ਤਾਂ ਚੰਗਾ ਗੈਰਤਮੰਦਾਂ ਦੀ ਮੌਤ ਚੁਣੋ ਜੇ ਇਸ ਮੌਤ ਦੇ ਵਿੱਚ ਜਦੋਂ ਕੋਈ ਮਰਦਾ ਸੂਰਮੇ ਤੁਹਾਡੀਆਂ ਵਾਰਾਂ ਗਾਉਣ ਪਿੱਛੋਂ ਕੋਈ ਤੁਹਾਡੇ ਤੋਂ ਪ੍ਰੇਰਨਾ ਲਵੇ ਹੁਣ ਤੁਸੀਂ ਦੱਸੋ ਕਿ ਇਲਾਕੇ 'ਚ ਇੱਕ ਨੌਜਵਾਨ ਸ਼ਹੀਦ ਹੋਵੇ ਤੇ ਸਾਰਾ ਇਲਾਕਾ ਆਉਣ ਵਾਲੀਆਂ ਨਸਲਾਂ ਦਾ ਨਾਮ ਜਪਦੀਆਂ ਤੋਂ ਪ੍ਰੇਰਨਾ ਲੈਂਦੀਆਂ ਤੇ ਅੱਜ ਕਿੰਨੇ ਨੌਜਵਾਨ ਚਿੱਟੇ ਨਾਲ ਮਾਰੇ ਗਏ ਇਸ ਇਲਾਕੇ ਦੇ ਵਿੱਚ ਕਿਹਦਾ ਨਾਂ ਚੇਤਾ ਹੈ ਤੁਹਾਨੂੰ